खेती आर्डिनेंस बिल पास होने तो बाद लहरा गागा दे मुनक विच पहुंचे पंजाब दे साबका वित्त मंत्री परमिंदर सिंह ढींडसा ने कहा कि किसानां दे बिलां नूं लैके राजनीतिक पार्टियां सियासत कर रहियां हन। उन्हां ने कहा कि सियासत नूं छड्ड के किसानां दे हक विच खड़े होना चाहीदा है। पंजाब सरकार ने आल पार्टी मीटिंग बुलाई सी जिस विच इस बिल दा विरोध होया सी, पर उस तो बाद पंजाब दे मुख मंत्री ने केंद्र सरकार नाल कोई भी गलबात नहीं कीती। हुण अकाली दल अपने आप नूं किसानां दा मसीहा दस रहा है, पर सब तो पहला प्रधानमंत्री नूं चिट्ठी सुखदेव सिंह ढींडसा ने लिखी सी अते अकाली दल तां किसानां नूं इह समझाउण विच लगा होया सी कि इह बिल उहनां लई चंगा है। पंजाब दे साबका वित्त मंत्री परमिंदर सिंह ढींडसा ने किसानां दे पक्ष विच की बोलिया, आओ तुसीं वी सुणो। देखो, असीं पहले दिन तों किसानां दे नाल खड़े हां। सब तो पहला चिट्ठी जे प्रधानमंत्री नूं लिखी सरदार सुखदेव सिंह ढींडसा जी ने, ਇਹ ਕਾਨੂੰਨਾਂ ਦੇ ਖਿਲਾਫ਼, ਬਿੱਲਾਂ ਦੇ ਖਿਲਾਫ਼, ਜਾਂ ਉਦੋਂ ਆਰਡੀਨੈਂਸ ਸੀ ਇਹਨਾਂ ਆਰਡੀਨੈਂਸਾਂ ਦੇ ਖਿਲਾਫ਼ ਢੀਂਡਸਾ ਸਾਹਿਬ ਨੇ ਚਿੱਠੀ ਲਿਖੀ ਸੀ ਵੀ ਇਹ ਲੋਕ ਅਤੇ ਕਿਸਾਨ ਵਿਰੋਧੀ ਨੇ, ਇਹਨੂੰ ਵਾਪਸ ਲਿਆ ਜਾਣ। ਅਤੇ ਹੁਣ ਤਾਂ ਅਕਾਲੀ ਦਲ ਅਤੇ ਕਾਂਗਰਸ ਤਾਂ ਕਿਤੇ ਨਾ ਕਿਤੇ ਇਹ ਆਰਡੀਨੈਂਸ ਪਾਸ ਕਰਾਉਣ ਲਈ ਜ਼ਿੰਮੇਵਾਰ ਨੇ। BJP ਤਾਂ ਹੀ ਹੈ ਉੱਥੇ, ਇਸ ਕਮੇਟੀ ਜਿਹਦੇ ਥੱਲੇ ਨਜ਼ਰਸ਼ਾਨੀ ਹੋਈ ਸਾਰੀ ਇਹਨਾਂ ਬਿੱਲਾਂ ਦੀ, ਉਸ ਕਮੇਟੀ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਸੀ, ਉਸ ਕਮੇਟੀ ਦੇ ਵਿੱਚ ਪੰਜਾਬ ਦਾ ਵਿੱਤ ਮੰਤਰੀ ਵੀ ਮੀਟਿੰਗ ਦੇ ਵਿੱਚ ਗਿਆ, ਪੰਜਾਬ ਦਾ ਸੈਕਟਰੀ ਐਗਰੀਕਲਚਰ ਵੀ ਮੀਟਿੰਗ ਦੇ ਵਿੱਚ ਗਿਆ। ਉਦੋਂ ਉਹ ਕਿਉਂ ਨਹੀਂ ਜਾਗੇ? ਹੁਣ ਉਹ ਕਹਿੰਦੇ ਆ ਉਦੋਂ ਕਿਉਂ ਨਹੀਂ ਜਾਗੇ, ਉਦੋਂ ਕਿਉਂ ਨਹੀਂ ਲੋਕਾਂ ਨੂੰ ਦੱਸਿਆ ਵੀ ਆਹ ਹੋ ਰਿਹਾ? ਅਤੇ ਇਸੇ ਤਰ੍ਹਾਂ ਬਾਦਲ ਪਰਿਵਾਰ ਵੀ ਕਹਿੰਦਾ ਆਇਆ ਵੀ ਅਸੀਂ ਇਹ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਸਾਰੇ ਨੇ ਜ਼ੋਰ ਲਾਤਾ ਵੀ ਇਹਨੂੰ ਸਹੀ ਦਿਖਾਉਣ ਦੇ ਚੱਕਰ 'ਚ। ਅਤੇ ਨੁਕਸਾਨ ਆਖਰ ਲੋਕਾਂ ਦਾ ਹੋਇਆ, ਜੇ ਸਾਰੇ ਇਕੱਠੇ ਹੋ ਕੇ ਉਦੋਂ ਹੀ ਵਿਰੋਧ ਕਰਦੇ ਸਮਾਂ ਸੀ ਤਾਂ ਇਹ ਆਉਣਾ ਨਹੀਂ ਸੀਗਾ। ਅਤੇ ਨਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਢ ਮਹੀਨਾ ਪਹਿਲਾਂ ਆਲ ਪਾਰਟੀ ਮੀਟਿੰਗ ਹੋਈ ਸੀ ਜਿਹ 'ਚ ਢੀਂਡਸਾ ਸਾਹਿਬ ਵੀ ਸ਼ਾਮਿਲ ਹੋਈ ਸੀ। ਉੱਥੇ BJP ਅਤੇ ਅਕਾਲੀ ਦਲ ਤੋਂ ਬਿਨਾਂ, BJP ਅਤੇ ਬਾਦਲ ਦਲ ਤੋਂ ਬਿਨਾਂ ਸਾਰਿਆਂ ਨੇ ਕਹਿਤਾ ਵੀ ਅਸੀਂ ਇਹਦੇ ਵਿਰੋਧ 'ਚ ਹਾਂ। ਮੁੱਖ ਮੰਤਰੀ ਨੂੰ ਕਹਿਤਾ ਵੀ ਤੁਸੀਂ ਲੱਗੋ ਅੱਗੇ, ਅਸੀਂ ਤੁਹਾਡੇ ਨਾਲ। ਅਤੇ ਮੁੱਖ ਮੰਤਰੀ ਨੇ ਉਹ ਡੇਢ ਮਹੀਨੇ 'ਚ ਕੀ ਕੀਤਾ? ਉਸ ਤੋਂ ਬਾਅਦ ਕੇਂਦਰ ਨੂੰ ਕੋਈ ਚਿੱਠੀ ਲਿਖੀ, ਕੇਂਦਰ ਨਾਲ ਕੋਈ ਰਾਬਤਾ ਕੀਤਾ, ਉਦੋਂ ਬਾਅਦ ਕੇਂਦਰ ਦਾ ਜਿਹੜਾ ਹੈ ਐਗਰੀਕਲਚਰ ਮਿਨਿਸਟਰ ਉਹ ਚੰਡੀਗੜ੍ਹ ਆਇਆ। ਮੁੱਖ ਮੰਤਰੀ ਉਹਨੂੰ ਮਿਲਣ ਤੱਕ ਵੀ ਨਹੀਂ ਗਿਆ, ਵੀ ਉਹਦੇ ਨਾਲ ਚਲੋ ਮੰਨਣ ਨਾ ਮੰਨਣ ਆਪਦੇ ਵੱਲੋਂ ਤਾਂ ਜ਼ੋਰ ਲਾਉਣ ਦਾ ਹੱਕ ਬਣਦਾ ਸੀ ਨਾ, ਉਹਨੂੰ ਜਾ ਕੇ ਮਿਲ ਕੇ ਉਹਨੂੰ ਕਹਿਣ ਦਾ ਹੱਕ ਬਣਦਾ ਸੀ ਵੀ ਇਹ ਗਲਤ ਹੈ, ਤੁਸੀਂ ਇਹਨੂੰ ਰੋਕੋ। ਅਤੇ ਹੁਣ ਤਾਂ ਇਹ ਮਗਰਮੱਛ ਵਾਲੇ ਹੰਝੂ ਬਹਾਰੇ ਨੇ। ਸੋ ਇਹਦਾ ਹੁਣ ਪਾਸ ਹੋਣ ਤੋਂ ਬਾਅਦ, ਜਦ ਬਿੱਲ ਪਾਸ ਹੋ ਗਏ, ਹੁਣ ਤਾਂ ਕੋਈ ਇਹਦਾ ਹੱਲ ਨਹੀਂ ਹੈ। ਕੈਪਟਨ ਅਮਰਿੰਦਰ ਦਾ ਕਹਿਣਾ ਵੀ ਇਸ ਬਿੱਲਾਂ ਨੂੰ ਲੈ ਕੇ ਮੈਂ ਸੁਪਰੀਮ ਕੋਰਟ ਜਾਊਂਗਾ ਜੀ, ਕਿਵੇਂ ਦੇਖੋ ਸਰ? ਹੁਣ ਤਾਂ ਜੋ ਮਰਜ਼ੀ ਕਰੀਆਂ ਨੇ, ਇਹ ਤਾਂ ਕਾਨੂੰਨ ਹੀ ਬਣ ਗਿਆ। ਜਦ ਹੁਣ ਜੋ ਮਰਜ਼ੀ ਕਰੀ ਜਾਣ, ਜਿਹੜਾ ਜਦ ਕਰਨਾ ਸੀ ਉਹ ਤਾਂ ਕੀਤਾ ਨਹੀਂ, ਹੁਣ ਜਦ ਸਾਰਾ ਕੁਝ ਹੋ ਗਿਆ, ਹੁਣ ਤਾਂ ਸਿਰਫ ਇੱਕੋ ਹੀ ਹੈ ਵੀ ਕਿਸਾਨ ਇਕਜੁੱਟਤਾ ਦਿਖਾਉਣ ਅਤੇ ਇਹਨਾਂ ਬਿੱਲਾਂ ਨੂੰ ਲਾਗੂ ਹੋਣ ਤੋਂ ਜਿਹੜਾ ਹੈ ਰੋਕਣ। ਕਿਉਂਕਿ ਆਖਰ ਜੇ ਪ੍ਰਾਈਵੇਟ ਨੂੰ ਕਿਸਾਨ ਨਹੀਂ ਵੇਚੂਗਾ ਤਾਂ ਆਪ ਹੀ ਬਿੱਲ ਫੇਲ ਹੋ ਜਾਣਗੇ। ਅਤੇ ਸਰਕਾਰ ਨੂੰ, ਪੰਜਾਬ ਦੀ ਨੂੰ ਇਹ ਚਾਹੀਦਾ ਹੈ ਵੀ ਜਿਹੜੇ ਵੀ ਪ੍ਰਾਈਵੇਟ ਇਸ ਬਿੱਲ ਦੇ ਕਾਨੂੰਨ ਤਹਿਤ ਜੋ ਆਪਦਾ ਕੋਈ ਸੈਟਅਪ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਮਨਜ਼ੂਰੀਆਂ ਨਾ ਦੇਣ। ਕਿਉਂਕਿ ਕੋਈ ਵੀ ਕੰਮ ਕਰਨਾ ਉਹਦੇ ਵਾਸਤੇ ਸੂਬੇ ਦੀਆਂ ਸਰਕਾਰਾਂ ਤੋਂ NOCs ਲੈਣੀਆਂ ਹੁੰਦੀਆਂ। ਹੁਣ ਤਾਂ ਜੇ ਤੁਸੀਂ ਘਰ ਬਣਾਉਣਾ ਤਾਂ ਵੀ NOC ਲੈਣੀ ਹੈ, ਤਾਂ ਵੱਡੇ ਕਾਰਖਾਨੇ 'ਤੇ 100 NOCs ਹੁੰਦੀਆਂ, ਉਹਨੂੰ ਰੋਕਣ। ਸੋ ਇਹ ਸਰਕਾਰ ਬਹੁਤ ਕੁਛ ਕਰ ਸਕਦੀ ਹੈ, ਇਹ ਨਹੀਂ ਹੈ ਵੀ ਕਾਨੂੰਨ ਬਣ ਗਿਆ ਤਾਂ। ਸੂਬੇ ਦੀ ਸਰਕਾਰ ਕੋਲ ਬਹੁਤ ਕੁਛ ਹੈ ਅਤੇ ਉਹ ਕੋਈ ਰਸਤਾ ਲੱਭ ਕੇ ਇਹਨੂੰ ਰੋਕ ਸਕਦੇ। ਸੁਨੀਲ ਬਾਦਲ ਨੇ ਕਿਹਾ ਵੀ ਉਹ ਇਹਨਾਂ ਬਿੱਲਾਂ ਨੂੰ ਲੈ ਕੇ ਵੀ ਰਾਸ਼ਟਰਪਤੀ ਨੂੰ ਅਪੀਲ ਕਰਨਗੇ ਵੀ ਉਹਨਾਂ ਬਿੱਲਾਂ 'ਤੇ ਸਾਈਨ ਨਾ ਕਰਨਾ, ਕੀ ਰੂਲ ਹੈ? ਰਾਸ਼ਟਰਪਤੀ ਕਿਵੇਂ ਸਾਈਨ ਕਰਨ? ਜਦ ਸਰਕਾਰ ਨੇ ਮਨਜ਼ੂਰੀ ਦਿੱਤੀ, ਪਾਰਲੀਮੈਂਟ ਨੇ ਮਨਜ਼ੂਰੀ ਦਿੱਤੀ, ਰਾਸ਼ਟਰਪਤੀ ਕਿਵੇਂ ਰੋਕ ਸਕਦਾ? ਇਹ ਤਾਂ ਹੁਣ ਜਿਵੇਂ ਮੁੰਗੇਰੀ ਲਾਲ ਕੇ ਹੁਸੀਨ ਹਸੀਨ ਸਪਨੇ, ਉਹ ਕੰਮ ਹੈਗਾ। ਇਹ ਮੁੰਗੇਰੀ ਲਾਲ ਵਾਲੀਆਂ ਗੱਲਾਂ ਕੰਮ ਨਹੀਂ ਬੰਦ ਕਰਨ ਉਹ। ਇਹ ਤਾਂ ਹੁਣ ਜਦ ਸਾਰਾ ਕੁਛ ਹੀ ਹੋ ਗਿਆ, ਹੁਣ ਤੁਸੀਂ ਅਜਿਹੀਆਂ ਗੱਲਾਂ ਕਰ ਰਹੇ ਹੋ, ਐਂ ਕਰਾਂਗੇ ਉਹ ਕਰਾਂਗੇ, ਹੁਣ ਤਾਂ ਸਿਰਫ ਕਿਸਾਨ ਹੀ ਕੁਛ ਕਰ ਸਕਦਾ। ਕਿਸਾਨ ਦੇ ਦਬਾਅ ਥੱਲੇ ਹੀ ਸਰਕਾਰ ਕੁਛ ਕਰ ਸਕਦੀ ਹੈ? ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਸਿਆਸੀ ਪਾਰਟੀਆਂ ਕੋਈ ਬਹੁਤ ਵੱਡਾ ਇਹਦੇ 'ਚੋਂ ਕੁਛ ਕੱਢ ਸਕਦੀਆਂ। ਅਤੇ ਸਰ, ਇੱਕ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਇਸ ਬਿੱਲਾਂ ਨੂੰ ਪਾਸ ਹੋਣ 'ਤੇ ਕਿਹਾ ਗਿਆ ਵੀ ਇਤਿਹਾਸਿਕ ਫੈਸਲਾ ਰਹੇਗਾ ਅਤੇ ਵਧਾਈਆਂ ਦਿੱਤੀ ਜਾਏਗੀ। ਦੇਖੋ, ਮੈਂ ਇੱਕੋ ਹੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ
किसान नूं कोई शंका नहीं। तुसी जे तुसी कहने हो भी किसान दा असी सुरक्षित कीता किसान नूं, तुसी इक्को ही चीज़ पा दो उहदे विच, सिर्फ एक लाइन पाउणी है भी कोई भी प्राइवेट बंदा MSP तो थले खरीद नहीं कर सकता, कानून दा हिस्सा बना दो ते किसान तां तुहानूं पुछणगे भी MSP तो थले कोई प्राइवेट खरीददार नहीं खरीद सकता, ये शर्त पा देन, क्यों नहीं पाते, तो बहुत वड्डी गल नहीं है। सो इसलिए एक कहण दा कुछ नहीं, लोगों तुसी जिहड़ा है विश्वास तो कानून दे विच तरमीम करके आऊगा, लोगों ऐ कोई विश्वास नहीं। सर लगभग सारी पार्टियां वालों इस पर राजनीति करिए, कैप्टन अमरिंदर सिंह ने कहा किसानों ने तुसी दिल्ली जाके प्रोटेस्ट करो पंजाब की बजाय, किवें देखदे हो चीज़? मैं तो ये कहूँगा कि किसान सानू सारियां सियासी पार्टियां नूं एक दूजे नूं नीवां दिखाउण या आपदी सियासत खेडण की बजाय सानू किसानां दे मगर लगना चाहिए। हुण तक लोग जिहड़े ने किसान ते मजदूर सियासी लोगों के मगर लगता, हुण साडी वारी है भी असीं मगर लगीए ते जो भी प्रोग्राम किसान जथेबंदियां दिंदियां ने उहदा भरपूर समर्थन करिए। कल कांग्रेस वाले ने आपकी अड रैली कढ ली, किसी ने अड रैली कढ की, उहदा की फायदा है? सानू एकजुटता दिखाउणी चाहीदी है ते सानू किसान जथेबंदियां जिन्हां ने जो प्रोग्राम बनाउंदियां उहदे ते उच्च सहयोग देना चाहीदा, तां ही असीं ये जिहड़ी है इस जित कोई वल वध सकदी। प्राइम मुद्दे लई संगरूर तों गगनदीप सिंह दी रिपोर्ट।